ਲੈ ਪੁੱਤ, ਤੁਸੀਂ ਇਹਦਾ ਨਾ ਫਿਕਰ ਕਰਿਆ ਕਰੋ। ਹੁਣ ਮੈਂ ਤਾਂ ਆਪਣੇ ਪੁੱਤ ਨਾਲੋਂ ਵੀ ਪਿਆਰੀ ਰੱਖੀ ਏ, ਨਾਲੇ ਮੇਰੀਆਂ ਧੀਆਂ ਤੋਂ ਵੱਧ ਕੇ ਆਏ ਤਾਂ ਇਹ ਹੁਣ ਸਾਡੀ ਹੈ, ਤੁਹਾਡੀ ਨਹੀਂ। ਇਹ ਤਾਂ ਮਾਸੀ ਤੁਹਾਡੀ ਗੱਲ ਜਮਾ ਸਹੀ ਹੈ ਜੀ। ਧੀਆਂ ਜੀ ਬਾਵਿਆ ਤਾਂ ਦੇਖ ਹੀ ਲਿਆ, ਉਹਨੇ ਨੂੰ 4 ਦਿਨ ਹੋ ਗਏ ਬੈਠੇ ਨੂੰ, ਇਹਨੂੰ ਪਤਾ ਲੱਗ ਹੀ ਗਿਆ ਵੀ ਅਸੀਂ ਕਿੰਨਾ ਮੋਹ ਕਰਦੇ ਆ ਇਹਦਾ। ਜਮਾ ਸਹੀ ਕਿਹਾ ਬਾਈ ਗੱਲ ਤੇ, ਉਹ ਫਿਕਰ ਵਾਲੀ ਗੱਲ ਨਹੀਂ ਹੈਗੀ ਜਮਾ ਵੀ ਕੋਈ। ਨਾ ਨਾ ਫਿਕਰ ਕਾਦੀ ਬਾਈ, ਮਾਸੀ ਜੀ ਬੈਠੇ ਨੇ, ਬਾਕੀ ਤੁਸੀਂ ਬੈਠੇ ਹੋ ਬਾਈ, ਇੰਨਾ ਸੋਹਣਾ ਪਰਿਵਾਰ ਮਿਲ ਗਿਆ ਮੇਰੀ ਭੈਣ ਨੂੰ, ਸਾਨੂੰ ਹੋਰ ਕੀ ਚਾਹੀਦਾ। ਹਾਂ ਇਹ ਤਾਂ ਗੱਲ ਸਹੀ, ਬਾਕੀ ਭਾਈ ਇਹ ਵੀ ਪੁੱਛ ਲੈ, ਕਿਉਂ ਕੋਈ ਘਾਟ ਬਾਤ ਤਾਂ ਨਹੀਂ? ਨਾ ਜੀ ਨਾ, ਇੱਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਜਿਹੜੇ ਦਿਨ ਦੇ ਘਰ 'ਚ ਵਿਆਹ ਕੇ ਆਈ ਹਾਂ ਨਾ ਮੰਮੀ ਜੀ, ਉਹਨਾਂ ਨੇ ਤਾਂ ਮੈਨੂੰ ਕਦੇ ਫੀਲ ਹੀ ਨਹੀਂ ਹੋਣ ਦਿੱਤਾ ਵੀ ਇਹ ਮੇਰਾ ਸਹੁਰਾ ਘਰ ਹੈ। ਵੀਰੇ ਮੈਂ ਇੱਥੇ ਬਹੁਤ ਖੁਸ਼ ਹਾਂ, ਤੁਸੀਂ ਮੇਰੀ ਟੈਨਸ਼ਨ ਨਾ ਲਓ। ਨਾਲੇ ਪੁੱਤ, ਧੀਆਂ ਜਦੋਂ ਵਿਆਹ ਦੀ ਦੀਆਂ ਨੇ ਨਾ, ਫਿਰ ਪੇਕਿਆਂ ਦਾ ਤਾਂ ਅੱਧਾ ਕੁ ਹੱਕ ਰਹਿ ਜਾਂਦਾ। ਸ਼ਿਵ ਪੁੱਤ, ਤੂੰ ਕਹਿੰਦਾ ਸੀ ਮੈਂ ਦੋਸਤ ਕੋਲੇ ਜਾਣਾ ਕਿਸੇ ਕੋਲੇ, ਉਹ ਜਾ ਕੇ ਆਉਂਗਾ ਮਾਂ। ਮਾਂ ਚੱਲ ਬੈਠੇ ਸੀ, ਫੇਰ ਭਾਗ ਜੂ। ਜਾ ਆ ਪੁੱਤ, ਮੈਂ ਵੀ ਫਿਰ ਜਾਣਾ ਸੀ, ਮੈਂ ਵੀ ਲੇਟ ਹੋ ਰਿਹਾ ਨਾ, ਤੇ ਨਾਲੇ ਤੁਸੀਂ ਚਾਹੋ ਆਪਦੇ ਕੰਮ ਧੰਦੇ। ਚੰਗਾ ਮਾਸੀ ਜੀ। ਚੰਗਾ ਪੁੱਤ, ਠੀਕ ਕਰਨਾ ਕਰਿਓ। ਉਹ ਬਾਕੀ ਆ ਜਾਇਆ ਕਰ, ਬਹੁਤੇ ਟਾਈਮ ਨਾ ਲਾ ਦਿਆ ਕਰ, ਹੁਣ ਦੇਖ ਲੈ 7-8 ਮਹੀਨਿਆਂ ਬਾਅਦ ਆਇਆ ਤੂੰ। ਉਹ ਬਾਈ ਕੰਮ ਧੰਦੇ ਹੋ ਜਾਂਦੇ ਨੇ ਯਾਰ, ਬਸ ਤੈਨੂੰ ਪਤਾ ਫਿਰ ਨਾ ਕਰਕੇ ਬੰਨੇ ਰਹਿਣੇ ਆ। ਚੰਗਾ ਭੈਣਾ। ਚੰਗਾ ਵੀਰੇ, ਜਲਦੀ ਗੇੜਾ ਮਾਰ ਜਾ ਕਰ। ਕੋਈ ਗੱਲ ਨਹੀਂ ਭੈਣੇ, ਵੀਰਾ ਤੇ ਤੁਸੀਂ ਵੀ ਗੇੜਾ ਮਾਰ ਜਾਓ। ਕੋਈ ਨਹੀਂ, ਕੱਲਾਂਗੇ ਇਹਨਾਂ ਨੂੰ ਵੀ, ਇਹ ਥੋੜਾ ਜਿਹਾ ਨਾ ਕੰਮ ਕਾਰ ਜਿਹਾ ਕਰ ਲਏ, ਟਾਈਮ ਜਿਹਾ ਲੱਗਦਾ ਵਿੱਚ ਦੀ ਕੱਲ ਦਿਆਂਗੇ ਕੋਈ। ਅੱਲੇ ਭੈਣਾ, ਵੀਰੇ ਇਹਦੀ ਕਾਹਦੀ ਲੋੜ ਸੀ? ਓਏ ਇਹ ਤਾਂ ਕੋਈ ਗੱਲ ਨਹੀਂ, ਕੋਈ ਨਾ ਕੋਈ ਨਾ ਪੁੱਤ, ਜ਼ਰੂਰੀ ਹੁੰਦਾ, ਭਰਾ ਦਿੰਦੇ ਹੀ ਹੁੰਦੇ ਨੇ ਭੈਣਾਂ ਨੂੰ। ਚਲ ਚੰਗਾ ਮਾਸੀ, ਠੀਕ ਹੈ। ਹਾਂ ਚੰਗਾ ਬਾਈ, ਠੀਕ ਹੈ। ਧਿਆਨ ਨਾਲ ਫੋਨ ਕਰਦੀ? ਹਾਂ ਹਾਂ ਬਾਈ, ਫੋਨ ਕਰਦੀ। ਧਿਆਨ ਨਾਲ ਜਾਇਆ। ਚੰਗਾ ਭੈਣ, ਤੂੰ ਸੱਚ ਭੈਣੇ? ਹਾਂਜੀ ਵੀਰੇ। ਤੇਰਾ ਨਾ ਮੈਂ ਸੂਟ ਲੈ ਕੇ ਰੱਖ ਰੱਖਿਆ ਆਪਦੀ ਪਹਿਲੀ ਤਨਖਾਹ ਦੇ ਵਿੱਚੋਂ, ਆ ਹੁਣ ਮੈਨੂੰ ਕਾਲੀ ਸੀ ਥੋੜੀ ਜੀ ਤਾਂ ਕਰਕੇ ਭੁੱਲ ਆਇਆ। ਤੂੰ ਤੇ ਵੀਰਾ ਦੋਏ ਜਾਣੇ ਆ ਜਿਓ ਤੇ ਨਾਲੇ ਸੂਟ ਲੈ ਲਈ ਤੂੰ, ਹੈ? ਹਾਂਜੀ ਹਾਂ ਵੀਰੇ, ਆ ਜਾਾਂਗੇ। ਚੱਲ ਚੰਗਾ ਭੈਣੇ, ਧਿਆਨ ਰੱਖੀ ਆਪਣਾ। ਤੁਸੀਂ ਵੀ ਧਿਆਨ ਨਾਲ ਜਾਇਓ ਵੀਰੇ। ਜਾ ਕੇ ਫੋਨ ਕਰਦੀ ਬਾਈ, ਭੁੱਲ ਨਾ ਜਾਈ। ਨਾ ਨਾ ਕੋਈ ਗੱਲ। ਨਾਲੇ ਕੰਮ ਕੁੰਮ ਕਰ ਲੈ ਜਾ ਕੇ। ਅੱਕ ਜਾਂਦਾ ਮੈਂ ਤਾਂ ਰੋਜ਼, ਆਹ ਕੀ ਕਰੀ ਜਾਈਏ ਖੇਖਣ ਜੇ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਜਾ ਭੱਜ ਕੰਮ ਕਰ, ਡੇਲੀ ਮੈਂ ਚੜਿਆ ਰਹਿੰਦਾ ਇਹਨਾਂ ਨੂੰ। ਦੱਸ ਨਾਲ ਮੇਰੀ ਗੱਲ ਸੁਣ, ਆਹ ਦੁੱਧ ਪੱਤੀ ਨੂੰ ਕੀ ਲੋੜ ਸੀ? ਪਹਿਲਾਂ ਹੀ ਮੁੱਲ ਦਾ ਦੁੱਧ ਹੈ। ਫਿਰ ਕੀ ਹੋ ਗਿਆ ਜੀ? ਜਾਨ ਤਾਂ ਲੱਗਿਆ ਸੀਗਾ। ਜਾਨ ਲੱਗੀ ਨੂੰ ਫਿਰ ਜਾ ਕੇ ਉਹਨੇ ਕੁਸ਼ਤੀ ਕਰਨੀ ਸੀ, ਉੱਤੇ ਵੀ ਦੁੱਧ ਪਿਆ ਕੇ ਤੋਰਿਆ ਤੇ। ਜਾਨ ਤਾਂ ਲੱਗਿਆ ਸੀ, ਇਹਨੂੰ ਕੀ ਪਤਾ ਕਿਹੜੇ ਭਾਅ ਆਉਂਦਾ ਦੁੱਧ। ਪਾਪਾ ਕਹਿੰਦਾ ਕੀ ਸੀ? ਸੂਟ ਲੈ ਕੇ ਰੱਖਿਆ, ਐਡਾ ਸੂਟ ਲੈਣ ਵਾਲਾ ਦੀ ਵੇ ਲੈ ਆਉਂਦਾ। ਲੈ ਕੇ ਵੀ ਆ ਸਕਦਾ ਸੀ, ਵੀ ਉੱਥੇ ਗਈ ਨਹੀਂ ਦੇਣਾ। ਮੰਮੀ ਜੀ ਵੀਰਾ ਕਹਿੰਦਾ ਭੁੱਲ ਗਿਆ ਮੈਂ। ਤੈਨੂੰ ਹੀ ਸੂਟ ਦਿੰਦੇ ਨੇ, ਮੇਰੇ ਮੁੰਡੇ ਨੂੰ ਕਿੰਨੇ ਕੁ ਦਿੰਦੇ ਨੇ ਕੁੜਤੇ ਪਜਾਮੇ, ਕਿੰਨੀਆਂ ਕੁ ਪੈਂਟਾਂ ਸ਼ਰਟਾਂ ਲੈ ਲੈ ਦੇਤੀਆਂ। ਚੱਲ ਜਾ ਕੰਮ ਕਰ ਜਾ ਕੇ। ਦੇਖਦੀ ਦੇਖ ਕਿਵੇਂ ਮਾਰਨ ਵਾਲੀ ਮੈਂ ਸੰਗੂ। ਮਾਤਾ ਹੈ ਨਾ ਕਰਕੇ ਆਹ ਸਾਰੀ ਓਵਰ ਐਕਟਿੰਗ ਹੋ ਜਾਂਦੀ ਹੈ ਕਦੇ ਕਦੇ, ਐਂ ਲੱਗਦਾ ਵੀ ਬਸ ਆਹੀ ਕੁਛ ਕਰਦੇ ਰਹਾਂਗੇ। ਹਾਂਜੀ ਫੋਨ ਕਰ ਲਿਓ, ਜਾ ਕੇ ਫੋਨ ਕਰ ਲਿਓ, ਸਾਲਾ ਕਿਸ਼ਤੀ 'ਚ ਜਾਊਗਾ ਨਾ ਵੀ ਜਾ ਕੇ ਕਿਤੇ। ਤੂੰ ਵੀ ਵਾਰ ਵਾਰ ਫੋਨ ਕਰ ਲਈ ਬਾਈ, ਫੋਨ ਕਰ ਲਈ ਕੀ ਲੋੜ ਹੈ? ਕਹਿਣਾ ਪੈਂਦਾ ਹੈ, ਕਹਿਣਾ ਪੈਂਦਾ ਹੈ। ਸਾਨੂੰ ਕਿਹੜਾ ਡਰ ਪਿਆ ਕੋਈ ਇਹਨਾਂ ਦਾ ਜਾਂ ਕੁਛ ਇਹ ਪੈ। ਹੱਸਦਾ ਵੱਸਦਾ ਰਹਿ ਵੀਰੇ, ਤੈਨੂੰ ਤੱਤੀ ਵਾਹ ਨਾ ਲੱਗੇ। ਕਾਸ਼ ਤੂੰ ਇਕੱਲਾ ਨਾ ਆਇਆ ਹੁੰਦਾ, ਤੇ ਨਾ ਮਾਂ ਵੀ ਆਈ ਹੁੰਦੀ, ਤਾਂ ਉਹਦੇ ਨਾਲ ਆਪਦੇ ਦਿਲ ਦੀਆਂ ਕੁਛ ਗੱਲਾਂ ਤਾਂ ਕਰ ਲੈਂਦੀ, ਆਪਣਾ ਦੁੱਖੜਾ ਤਾਂ ਫਰੋਲ ਲੈਂਦੀ। ਇਹਨੂੰ ਹੁਣ ਮੈਂ ਕੀ ਦੱਸਾਂ ਵੀ ਇਹ ਕਿੰਨੇ ਦੋਗਲੇ ਲੋਕ ਨੇ। ਲੋਕ ਸੱਚ ਹੀ ਕਹਿੰਦੇ ਨੇ, ਪੇਕੇ ਹੁੰਦੇ ਮਾਵਾਂ ਨਾਲ। ਮਾਂ ਤੇਰੇ ਜਾਣ ਤੋਂ ਬਾਅਦ ਹੁਣ ਮੈਂ ਕਿਹਦੇ ਨਾਲ ਗੱਲ ਕਰਾਂ? ਵੀਰੇ ਨੂੰ ਵੀ ਕੀ ਆਪਦੇ ਦੁੱਖੜੇ ਸੁਣਾਵਾਂ? ਜਿਹੜਾ ਉਹਦਾ ਫਰਜ਼ ਸੀ ਨਾ ਮੈਨੂੰ ਵਿਆਹਣ ਦਾ, ਹੁਣੇ ਪੂਰਾ ਕਰਤਾ। ਹੁਣ ਮੈਂ ਉਹਨੂੰ ਕਹਿੰਦੀ ਚੰਗੀ ਨਹੀਂ ਲੱਗਦੀ,
ਤੂੰ ਤਾਂ ਸਾਰੀ ਉਮਰ ਬਸ ਮੈਨੂੰ ਇਹਨਾਂ ਦੋਖਲੇ ਲੋਕਾਂ ਨਾਲ ਹੀ ਰਹਿਣਾ ਪਊਗਾ ਜਿਹੜੇ ਲੋਕਾਂ ਦੇ ਮੂਹਰੇ ਤਾਂ ਇੰਨੇ ਚੰਗੇ ਬਣਦੇ ਨੇ ਅਤੇ ਪਿੱਛੋਂ ਇਹਨਾਂ ਨਾਲ ਅਸਲੀ ਰੂਪ ਹੈ ਨਾ ਉਹ ਮੈਂ ਹੀ ਜਾਣਦੀ ਹਾਂ ਹੁਣ ਤਾਂ ਮੇਰੀ ਜ਼ਿੰਦਗੀ 'ਚ ਬਸ ਇਹਨਾਂ ਦੀ ਖੁਸ਼ੀ ਲਈ ਜੀ ਨਾ ਰਹਿ ਗਿਆ ਹਲੇ ਤੱਕ ਤੁਸੀਂ ਉੱਠੇ ਨਹੀਂ ਉੱਠ ਜਾਓ ਮੈਂ ਚੱਦਰ ਝਾੜਦਾ ਫਿਰ ਤਾਂ 2 ਘੰਟੇ ਤੇਰਾ ਭਾਈ ਦਿਮਾਗ ਖਾਈ ਗਿਆ ਉਹ ਨਹੀਂ ਜਾਣ ਛਾਇਆ ਹੁਣ ਪੈ ਜਾਣ ਦੇ ਮੈਨੂੰ ਉਹ ਤੁਸੀਂ ਬਾਹਰ ਜਾ ਕੇ ਪੈ ਜਾਓ ਮੇਰੇ ਕੰਮ ਕਰਨ ਵਾਲੇ ਪਏ ਨੇ ਮੈਨੂੰ ਝਾੜਨ ਦਾ ਚੱਦਰ ਵੈਸੇ ਵੀ ਸਾਰਾ ਦਿਨ ਤੁਸੀਂ ਪਏ ਤਾਂ ਰਹਿੰਦੇ ਹੋ ਬਾਹਰ ਜਾ ਕੇ ਪੈ ਜਾਓ ਤਾਂ ਫਿਰ ਝਾੜ ਨਹੀਂ ਆਉਂਦਾ ਮੈਨੇ ਹੁਣੇ ਕੰਮ ਨਵੇਣਾ ਤੁਸੀਂ ਉੱਠੋ ਉਹ ਉੱਠੋ ਜਾਓ ਤੁਸੀਂ ਲੈ ਦੱਸ ਇੱਥੇ ਕੀ ਕਿੱਦਾਂ ਗੰਦ ਪਿਆ ਜਾਂ ਮਰ ਲੈ ਮਰ ਲੈ ਚੜ ਇਕੜਾ ਸੁਣਦੇ ਨੇ ਸਾਰਾ ਘਰ ਦਾ ਕੰਮ ਤਾਂ ਮੈਂ ਇਕੱਲੀ ਨਹੀਂ ਕਰਨਾ ਹੁੰਦਾ ਨਿਬੇੜ ਲੈਣ ਤੋਂ ਜੇ ਮੰਮੀ ਨੇ ਦੇਖ ਲਿਆ ਨਾ ਜੇ ਬਿਸਤਰਾ ਪਿੱਛੇ ਨਹੀਂ ਹੋਇਆ ਮੈਨੂੰ ਹੀ ਬੋਲਣਾ ਉਹਨਾਂ ਨੇ ਵੀ ਇਹ ਗੋਲੀਆਂ ਮੰਮੀ ਜੀ ਨਿੱਕੀ ਹੋ ਗਿਆ ਆ ਕੀ ਆ ਹੌਲੀ ਬੋਲ ਆ ਮਗਰ ਪਿਆ ਤੇਰੇ ਕੋਈ ਬਸ ਆਹੀ ਕੰਮ ਹੀ ਰਹਿ ਗਈ ਸੀ ਹੁਣ ਨਸ਼ੇ ਦੀਆਂ ਗੋਲੀਆਂ ਦੇ ਵੀ ਲੱਗ ਗਏ ਇਹ ਫੇਰ ਹੌਲੀ ਬੋਲ ਆ ਤੈਨੂੰ ਪਤਾ ਨਾਲ ਤੇਰੇ ਖਸਮ ਦਾ ਲੱਗੀ ਹੈ ਨਸ਼ਾ ਨਸ਼ਾ ਕਰਨ ਖਾਂਦਾ ਸੀ ਕੀ ਆ ਇਹ ਲੀਂਗਾ ਨੇ ਗੋਲੀਆਂ ਨੇ ਲੀਂਗਾ ਤਾਂ ਕੱਲੀ ਦਾਰੂ ਹੀ ਪੀਂਦੇ ਸੀਗੇ ਹੁਣ ਇਹਨਾਂ ਤੇ ਵੀ ਲੱਗ ਗਏ ਬਸ ਕਰੋ ਕੋਈ ਨਸ਼ਾ ਤਾਂ ਛੱਡ ਦੋ ਅਸੀਂ ਸੁੱਤੇ ਸਾਰ ਦਿਨ ਕਿਉਂ ਸੁੱਤੇ ਰਹਿੰਦੇ ਹੋ ਗੋਲੀਆਂ ਖਾਂਦੇ ਹੋ ਪੈ ਜਾਂਦੇ ਹੋ ਮਾਂ ਇਹਦਾ ਮੂੰਹ ਬੰਦ ਕਰਾ ਖਿੱਚ ਕੇ ਸਾਰੀ ਜਮਾਨੀ ਵਧੀਆ ਲੱਗਦੀ ਨਹੀਂ ਤੂੰ ਬੜਾ ਚਿਲਕਣਾ ਮੇਰੇ ਮੁੰਡੇ ਤੇ ਮੈਂ ਤੈਨੂੰ ਦੱਸਾਂ ਠੀਕ ਹੈ ਜੇ ਹਿੰਮਤ ਹੈਗੀ ਤਾਂ ਛਡਵਾ ਦੇ ਤਾਂ ਹੀ ਵਿਆਹ ਕੀਤਾ ਸੀ ਵੀ ਕੋ ਆਊਗੀ ਨਾ ਤੇ ਛਡਵਾ ਦੂਗੀ ਨਸ਼ਾ ਇਹਦਾ ਇਹਦਾ ਮਤਲਬ ਵਿਆਹ ਤੋਂ ਪਹਿਲਾਂ ਵੀ ਨਸ਼ੇ ਕਰਦੇ ਸੀ ਹਾਂ ਕਰਦਾ ਸੀ ਤੇਰੇ ਮਰੇ ਹੋਏ ਬਾਪ ਕਰਾਉਂਦਾ ਮੈਨੂੰ ਨਸ਼ਾ ਆਪਦੇ ਦੰਦ ਤੇ ਕਰਦਾ ਸ਼ਰਮ ਕਰ ਲੋ ਮਾੜੀ ਮੋਟੀ ਸ਼ਰਮ ਸ਼ਰਮ ਕਰ ਲੋ ਕੋਈ ਗਲਤ ਕੰਮ ਦੋੜੀਆ ਦਾੜਾ ਆਪਦੀ ਜਾਇਦਾਦ ਦਾ ਆਪਦਾ ਨਸ਼ਾ ਕਰਦਾ ਕਰ ਦੂੰਗਾ ਨਾਲੇ ਨਾਲੇ ਮੈਂ ਇਹ ਕੀ ਛੱਡਾ ਦੂੰਗਾ ਮੈਨੂੰ ਆਪਦੀ ਮਰਜ਼ੀ ਨਾਲ ਕਰਦਾ ਆਪਦੀ ਮਰਜ਼ੀ ਨਾਲ ਛੱਡੂੰਗਾ ਮੈਂ ਆਲਾ ਛੱਡਾ ਲਾ ਨਸ਼ਾ ਪਤੰਦਰ ਦਾ ਨਹੀਂ ਛੱਡਾਉਣ ਵਾਲੀ ਅੱਛਾ ਇਹ ਨਸ਼ਾ ਕਰਦਾ ਸੀ ਤਾਂ ਤੁਸੀਂ ਇਹਦਾ ਵਿਆਹ ਕਰਿਆ ਹਾਂ ਨਾ ਤੁਸੀਂ ਲੋਕਾਂ ਨੇ ਕੁੜੀਆਂ ਨੂੰ ਨਸ਼ਾ ਛਡਾਓ ਕੇਂਦਰ ਸਮਝਿਆ ਵੀ ਮੁੰਡਾ ਵਿਗੜ ਗਿਆ ਜਾਂ ਨਸ਼ੇ ਕਰਨ ਲੱਗ ਗਿਆ ਚੱਕ ਕੇ ਵਿਆਹ ਦੋ ਤੇ ਆ ਕੇ ਉਹ ਸੁਧਾਰਨ ਗਿਆ ਮੇਰੀ ਜ਼ਿੰਦਗੀ ਤਾਂ ਇਹਨੂੰ ਐਂ ਸੁਧਾਰ ਚ ਲੰਘ ਜੂਗੀ ਨਿਕਲ ਜੂਗੀ ਨਿਕਲੋ ਸਿਰਫ ਇੱਥੇ ਇੱਕ ਚੀਜ਼ ਉਹ ਮੇਰੀ ਚੱਪਲ ਭੈਂਦੇ ਖਾਸ ਹੁੰਦੀ ਹੈ ਬੋਲੀ ਆ ਕੇ ਛੱਡ ਚੱਲ ਕੋਈ ਨਾ ਖੀਰ ਥੋੜੀ ਲੈ ਮੈਨੂੰ ਹੁਣ ਚੰਗੀ ਰਹੀ ਹੈ ਜਨਾਨੀ ਹੁੰਦੀ ਹੈ ਬੰਦੇ ਨਾ ਪਿਆਰ ਨਾਲ ਸੁਧਾਰ ਲੈਂਦੀ ਹੈ ਪਰ ਤੂੰ ਤੂੰ ਕੱਖ ਨਹੀਂ ਕਰਨ ਜੋਗੀ ਤੂੰ ਤਾਂ ਚੀਕਾਂ ਮਾਰਨ ਜੋਗੀ ਹੈ ਤੇ ਜਾਂ ਜੁੱਤੀਆਂ ਖਾਣ ਜੋਗੀ ਹੈ ਆ ਸੋਹਣਾ ਤਰੀਕਾ ਆਪਣੇ ਮੁੰਡੇ ਦੀਆਂ ਕਮੀਆਂ ਲੁਕਾਉਣ ਦਾ ਬੇਗਾਨੀ ਦੀ ਵਿਆਹ ਕੇ ਆਉਂਦੀ ਆ ਤੁਹਾਡੇ ਮੁੰਡੇ ਦੇ ਨਸ਼ੇ ਛਡਾਉਣ ਨੂੰ ਨਹੀਂ ਉਹਨਾਂ ਦੇ ਆਪਦੇ ਵੀ ਸੁਪਨੇ ਹੁੰਦੇ ਨੇ ਪਰ ਤੁਹਾਡੇ ਵਰਗੇ ਲੋਕਾਂ ਕਰਕੇ ਨਾ ਉਹਨਾਂ ਦੇ ਸੁਪਨੇ ਸੁਪਨੇ ਵੜ ਕੇ ਰਹਿ ਜਾਂਦੇ ਨੇ
ਉਹ ਖਣੀ ਬਈ ਕਾਲੇ ਕੀ ਹਾਲ ਹੈ? ਵਧੀਆ ਵਧੀਆ ਠੀਕ ਆ। ਮੈਂ ਤਾਂ ਠੀਕ ਆ, ਤੂੰ ਦਾ ਠੀਕ ਹੈ? ਹਾਂ ਠੀਕ ਠਾਕ ਬਈ। ਮੈਂ 4 ਦਿਨ ਭੈਣ ਕੋਲ ਕੀ ਵਗਿਆ, ਤੂੰ ਪਤੰਦਰਾ ਫੋਨ ਫਾਣੀ ਨਹੀਂ ਕਰਿਆ ਮੁੜ ਕੇ? ਹੈ ਵਧੀਆ ਰਹੇ, ਟਲੇ ਹੋਏ ਦੀ ਕੰਮਾਂ ਕਾਰਾਂ ਤੋਂ। ਟਲਿਆ ਹੋਇਆ ਕਾਹਦਾ ਸੀ ਬਾਈ, ਜ਼ਿੰਮੇਵਾਰੀਆਂ ਨੇ ਨਿਭਾਉਣੀਆਂ ਪੈਂਦੀਆਂ ਨੇ ਯਾਰ। ਚੱਲ ਵਧੀਆ ਰਿਹਾ, ਜੈ ਭੈਣ ਕੋਲੇ। ਹੋਰ ਸਭ ਠੀਕ ਠਾਕ ਸੀ ਉੱਥੇ? ਬਾਈ ਸਾਰੇ ਠੀਕ ਠਾਕ ਸੀ। ਉਹ ਮੈਂ ਤਾਂ ਭਰਾਵਾ ਭਾਗਾਣਾ, ਇੰਨੇ ਵਧੀਆ ਪਰਿਵਾਰ 'ਚ ਮੇਰੀ ਭੈਣ ਗਈ ਹੈ, ਹੈਂ, ਅਤੇ ਭੋਰਾ ਵੀ ਮੇਰਾ ਜੀਜਾ, ਨਾ ਨਸ਼ਾ ਪੱਤਾ ਨਾ ਕੁਛ ਹੋਰ, ਹੈ ਨਾ। ਸੱਸ ਵੀ ਉਹਦੀ ਸੱਸ ਨਹੀਂ, ਮਾਂ ਵਾਂਗੂ ਰੱਖਦੀ ਉਹਨੂੰ। ਹੋਰ ਦੱਸ ਕਿੱਧਰ ਮਾਰਿਆ ਗੇੜਾ? ਮੈਂ ਉਸ ਖਿਦਕਣੀ ਜਾ ਕੇ ਸੀਗਾ। ਚਲੋ ਵਧੀਆ ਕੀਤਾ, ਉਹ ਫਸਲ ਨੂੰ ਪਾਣੀ ਪੂਣੀ ਲਾਤਾ ਤਾਂ? ਹਾਂ ਨਮੇੜਦਾ ਉਹਦਾ। ਚਲੋ ਵਧੀਆ ਕੀਤਾ ਯਾਰ, ਅਤੇ ਮੇਰਾ ਵੀ ਕੰਮ ਨਿਬੜ ਗਿਆ ਸੀ ਯਾਰ, ਮੈਨੂੰ ਵੀ ਪਿੰਡ ਤੱਕ ਲਈ ਚੱਲ, ਘਰੇ ਛੱਡ ਦੀ। ਚੱਲ ਚੱਲ ਹੋਰ ਤਾਂ ਬਦਲੇ। ਚੱਲ ਵਧੀਆ ਹੁਣ। ਓਏ ਆ ਜਾ ਮਾਂ। ਵੇ ਆਉਂਦੀ ਆ, ਹਲਕ ਸੁੱਕਿਆ ਜਾਂਦਾ ਹੈ। ਲੈ ਫੜ ਮੇਰੀ ਗੱਲ ਸੁਣ ਪੁੱਤ। ਹਾਂ ਬੋਲ। ਆ ਨਸ਼ਾ ਨੁਸ਼ਾ ਜਾ ਛੱਡ ਦੇ, ਸੁਧਰ ਜਾ ਤੂੰ ਵੀ। ਕਿਹੜਾ ਦਾਲਾ ਕਹਿੰਦਾ ਮੈਂ ਨਸ਼ਾ ਕਰਦਾ? ਆਹੋ ਮੈਂ ਹੀ ਹੋ ਗਈ, ਮੈਂ ਹੀ ਕਹਿੰਦੀ ਆ। ਮੇਰੀ ਗੱਲ ਸੁਣ ਪੁੱਤ, ਮਸਾਂ ਤੇਰਾ ਵਿਆਹ ਹੋਇਆ, ਆਏ ਨਾ ਹੋਵੇ ਕਿਤੇ ਵੀ ਡੰਡੀ ਲੱਗੇ। ਲੱਗੇ ਫਿਰ ਮੈਂ ਦੂਜੀ ਵਾਰ ਨਹੀਂ ਹੋਣਾ। ਇਹ ਤਾਂ ਚੱਲ ਹੈਗੀ ਇਹੋ ਜਿਹੀ ਆ, ਐਂ ਲਾ ਲਾ ਵੀ ਕੁੱਟ ਮਾਰ ਕੇ ਫਿਰ ਉਹੋ ਜਿਹੀ ਹੋ ਜਾਂਦੀ ਹੈਗੀ। ਆ ਤੂੰ ਸੁਧਰ ਜਾ, ਠੀਕ ਹੈ? ਸੁਧਰ ਹੀ ਹੋਇਆ ਮਾਂ, ਪੈਸੇ ਹੈਗੇ ਨੇ ਥੋੜ੍ਹੇ। ਲੈ ਚੱਲ, ਮੈਨੂੰ ਪਤਾ ਸੀ ਵੀ ਆਹੀ ਕਹਿਣਾ, ਹੈਗੇ ਨੇ ਮੇਰੇ, ਪਹਿਲੀ ਲੈ ਲਏ ਮੈਂ ਤੇਰੇ ਵਾਲੇ ਬੈਗ ਚੋਂ, 1000 ਰੁਪਇਆ ਲੈ ਗਿਆ ਮੈਂ। ਸ਼ਾਬਾਸ਼ ਤੇਰੇ। ਸ਼ਾਬਾਸ਼ ਵਾਲੀ ਕਿਹੜੀ ਗੱਲ ਆ ਇਹ? ਵੇ ਤੂੰ ਐ ਨਾ ਕਰਿਆ ਕਰ। ਓ ਮਾਂ ਤੂੰ ਮੈਨੂੰ ਪਿਆਰ ਕਰਦੀ ਨਹੀਂ? ਵੇ ਪੁੱਤ ਮੈਂ ਪਿਆਰ ਕਰਦੀ ਆ, ਪਰ ਮੈਨੂੰ ਆਏ ਆ ਵੀ ਕਿਤੇ ਆਪ ਛੱਡ ਛੁੱਡ ਕੇ ਨਾ ਭੱਜ। ਉਹ ਕਿਧਰੇ ਨਹੀਂ ਜਾਂਦੀ, ਛੱਡ ਕੇ ਜਾਣ ਨੂੰ ਸਾਲਿਆਂ ਦੇ ਇਹਨਾਂ ਦੇ ਚੱਲਦੇ ਨੇ ਟਰਾਲੇ। ਪਹਿਲੇ ਵਾਲਾ ਕਰਜ਼ਾ ਨਹੀਂ ਉਤਰਿਆ ਉਹ, ਹਲੇ ਦੁਬਾਰੇ ਵਿਆਹ ਦੇਣਗੇ, ਮਰੀ ਜਾਂਦੀ ਆ ਤੂੰ ਤਾਂ। ਤਾਂ ਕੀ ਲੈਣਾ ਕਰਜ਼ਿਆਂ ਤੋਂ, ਮੈਂ ਤਾਂ ਤੈਨੂੰ ਕਹਿੰਦੀ ਆ ਪੁੱਤ ਛੱਡ ਦੇ ਨਸ਼ੇ ਨੁਸ਼ੇ ਜੇ, ਠੀਕ ਆ? ਉਹ ਕੀ ਨਸ਼ੇ ਨਸ਼ੇ ਲਾਈਏ ਮਾਂ, ਤੈ ਤੂੰ ਨਾ ਮੇਰੇ ਤੋਂ ਦੱਕੂ ਦਾਣੇ ਲੈ ਲਈ, ਕਿਹੜੇ ਨਸ਼ੇ ਕਰਦਾ ਮੈਂ? ਦਿਨ ਦੀ ਇੱਕ ਦੀ ਗੋਲੀ ਖਾ ਲਈ ਕਿੱਡੀ ਗੱਲ ਹੋ ਗਈ ਫਿਰ? ਲੋਕਾਂ ਦੇ ਜਵਾਬ ਕਰਦੇ ਨੀ ਹੈਗੇ। ਲੈ ਉਹ ਬਸ ਉਹੀ ਨਾ ਦਿਮਾਗ ਖਰਾਬ ਕਰਿਆ ਕਰੋ। ਲੈ ਸ਼ਰਮੀ ਲੈ ਗਈ ਫਿਰ ਤੇਰੀ ਵੀ, ਹੁਣ ਤੂੰ ਮੈਨੂੰ ਵੀ ਐਂ ਬੋਲਣ ਲੱਗ ਗਿਆ। ਦੱਸ ਲੈ ਮੰਮੀ ਜੀ, ਇਹਨਾਂ ਨੂੰ ਰੋਕ ਲਓ ਜੇ ਰੋਕਿਆ ਜਾਂਦਾ, ਦਿਨੋ ਦਿਨ ਹੱਥੋਂ ਨਿਕਲਦੇ ਜਾਂਦੇ ਨੇ। ਮੇਰੀ ਗੱਲ ਸੁਣੋ, ਜੇ ਆਪਾਂ ਹੁਣ ਇਹਨਾਂ ਨੂੰ ਰੋਕ ਲਾਂਗੇ ਤਾਂ ਠੀਕ ਰਹਿ ਜੂ, ਜੇ ਕੱਲ੍ਹ ਖਿਲਾਣੂ ਜ਼ਿਆਦਾ ਨਸ਼ੇ ਕਰਕੇ, ਮੈਂ ਕਹਿੰਦੀ ਰੱਬ ਨਾ ਕਰੇ ਕੁਛ ਹੋ ਗਿਆ ਫਿਰ। ਨਹੀਂ ਆ ਜਵਾਨ ਨੂੰ ਥੋੜ੍ਹਾ ਜਿਹਾ ਲਗਾਮ ਦੇ ਲੈ, ਠੀਕ ਹੈ? ਜੇ ਮੂੰਹ ਨਹੀਂ ਚੱਜਦਾ ਗੱਲ ਤਾਂ ਚੱਜ ਦੀ ਕਰ ਲੈ, ਹੋਰ ਕਿੰਨੇ ਕੁ ਕੰਨ ਭਰੇਂਗੀ ਮੇਰੇ, ਲੱਗੀ ਲੈਕਚਰ ਦੇਣ ਉਰੇ। ਮੰਮੀ ਜੀ ਮੈਂ ਤਾਂ ਐਂ ਕਹਿੰਦੀ ਸੀ ਵੀ ਦੇਖੋ ਹੁਣ ਇਹ ਪੈਸੇ ਚੱਕ ਚੱਕ ਘਰੋਂ ਲੈ ਕੇ ਜਾਂਦੇ ਨੇ, ਹੁਣ ਤਾਂ ਥੋੜ੍ਹੇ ਲੈ ਕੇ ਜਾਂਦੇ ਨੇ, ਕੱਲ੍ਹ ਕਲਾਨੂੰ ਜਿਹੜੀ ਇਹ ਜ਼ਮੀਨ ਆ ਉਹ ਵੀ ਵਿਕ ਗਈ, ਫਿਰ ਕੀ ਕਰੋਂਗੇ? ਹੁਣ ਤਾਂ ਦੇਈ ਜਾਂਦੇ ਪੈਸੇ ਇਹਨੂੰ। ਨਹੀਂ ਉਹਦੀ ਜ਼ਮੀਨ ਹੈ, ਚਾਹੇ ਵੇਚੇ ਚਾਹੇ ਰੱਖੇ, ਨਾ ਤੈਨੂੰ ਕੀ ਤਕਲੀਫ ਆਉਂਦੀ ਹੈ? ਨਾਲੇ ਪੈਸੇ ਉਹ ਮੇਰੇ ਪਰਸ ਚੋਂ ਲੈ ਗਿਆ, ਤੇਰੇ ਚੋਂ ਤਾਂ ਨਹੀਂ ਲੈ ਗਿਆ। ਆਈ ਹੈ ਵੱਡੀ ਸਮਝਾਉਣ ਵਾਲੀ, ਹਨਾ? ਆ ਮੂੰਹ ਚੋਂ ਕੁਝ ਚੱਜ ਚੱਜ ਦੀ ਗੱਲ ਕੱਢ ਲਿਆ ਕਰ, ਠੀਕ ਹੈ? ਚੱਲ ਜਾ ਕਰ ਕੰਮ ਜਾ ਕੇ। ਆਈ ਹੈ ਵੱਡੀ ਸਮਝਾਉਣ ਵਾਲੀ। ਬਈ ਇਹਦਾ ਮਹੀਨਾ ਸਾਜਾ ਹੁਣ ਚੜ੍ਹ ਨੂੰ ਹਟ ਨਹੀਂ ਜਾਂਦਾ, ਪਤਾ ਨਹੀਂ ਕੀ ਹੋਇਆ ਪਿਆ। ਬਬਜੂ ਗੱਲ ਪਤਾ ਕੀ ਹੈ, ਤੂੰ ਸਿਆਲਿਆ ਸੱਚ ਵਾਲਾ ਬੋਲਦਾ, ਤਾਂ ਹੀ ਮੇਰਾ ਯਾਰ ਹੈ। ਨਹੀਂ ਬਾਈ ਆਹ ਵੇਖ ਲਾ, ਇੱਕ ਬੋਤਲ ਖੇਤ ਪੀ ਆਏ ਅਤੇ ਆਹ ਸਾਲੀਆ 2 ਬੀਅਰ ਆ, ਗਜ਼ਾ ਫੇਰ ਵੀ ਨਹੀਂ ਹੋਇਆ। ਘਾਤ ਕਾਹਦੀ ਹੈ ਬਈ? ਉਹ ਯਾਰ ਭਰਜਾਈ ਦੇ ਦਰਸ਼ਨ ਤਾਂ ਕਰਾ ਦੇ। ਹੈਂ ਭਰਜਾਈ ਦੇ ਦਰਸ਼ਨ ਕਰਕੇ ਕੀ ਵੱਧ ਚੜਜੂ? ਉਹ ਨਹੀਂ ਕੁੜੀਆਂ ਦੇ ਦਰਸ਼ਨ ਕਰਕੇ ਤਾਂ ਨਾ ਵੈਸੇ ਹੀ ਵਧੀਆ ਚੜ੍ਹਦੀ ਹੈ ਬਈ। ਰੋਂਗ ਰੋਂਗ ਗੱਲ ਹੈ, ਕੁੜੀ ਨਹੀਂ ਹੈਗੀ ਉਹ, ਤੇਰੀ ਭਰਜਾਈ ਹੈ, ਮਤਲਬ ਇਹ ਭਾਬੀ। ਉਹ ਹੈਗੀ ਤਾਂ ਪਤੰਦਰਾ ਕੁੜੀ ਹੈ। ਚੰਗਾ ਮੈਂ ਬੁਲਾਉਣਾ। ਚਾਲੂ ਚਾਲੂ। ਹਾਂਜੀ
बैठ प्यों दे थोड़ी हाँ पता ही हसी काल ये बबलू मेरे बचपन का यार ये कहना मेरा भाभी देखने को जी करता है मल है देखनी हुए तू दस की तोड़ लेगा भाई बहुत सोहनी जोड़ी जानी है कुटला बदला अच्छा भाई बोलती नहीं जमा नहीं बोलती ना कोई गल नहीं आया बहर ना देखी देख के भाई तो भरजाई ठीक है भरजाई ओ भरजाई वीरा तो तेन एवं तंग करता रहा सच्ची जे मैं ना वीरे की थां हूं ना तो तेन सामने बिठा के ना अरे सच्ची तेरे अखा चो दारू पिया करता सच्ची ओ भरजाई तो हाई को भर दिया ਇਦਾਂ ਕਰੰਟੀ ਵਾਵਾ ਉੱਪਰ ਜਾਈ ਤੇਰਾ ਦਿਮਾਗ ਤਾਂ ਠੀਕ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਉਹਦੇ ਦੋਸਤ ਦੇ ਘਰ ਦੇ ਅੱਖ ਰੱਖਣੇ ਨੂੰ ਉੱਪਰ ਜਾਈ ਨਾਲੇ ਇੱਥੇ ਮੈਂ ਨਹੀਂ ਆਇਆ ਤੇਰਾ ਖਸਮ ਲਿਆ ਠੀਕ ਆ ਜ਼ਿਆਦੇ ਮੱਤਾ ਦੇਣ ਦੀ ਲੋੜ ਨਹੀਂ ਮੈਨੂੰ ਕਦੇ ਕਹਿੰਦੀ ਹੋਵੇਗੀ ਤੁਰਦੀ ਲੱਗੇ ਇੱਥੋਂ ਪਰ ਤੂੰ ਤਾਂ ਕੀ ਇੱਥੋਂ ਤੁਰਦੀ ਲੱਗੇਗੀ ਮੈਂ ਹੀ ਆ ਨਾ ये भाई चंगा तू किधर लिया मैं चलिया भाई चंगा साला अजकल तो गर्म खून भी हवा ठंडा हुआ पाया यही रह गया ओए बबलू कहता बहुत कुछ गया है मेनू थोनू ही नहीं शर्म आई बस की बोलिया ने तार ना दई मेरी यार बबलू भागया शर्म कर लो माड़ी मोटी अपने दोस्त को बिठा के भागे पता किन्ना कुछ बोले उन्हें मेनू की बोलिया बाह पड़ता सी मेरी सारिया तेन पता ही नहीं भाबिया का प्यार ही इन्ना होंगे आहो तुस्ता मेनु प्यार दे नहीं सकते अपने दोस्तों ना वंड लो मेनू शर्म तो नहीं आती एड्डी गल कह रहे हैं ये की बोल रही नहीं है मैं तेरे प्यार नहीं करता जे प्यार करते होंगे ना तो मेरी मान लेंगे शराब च ना डुबे रहेंगे भैन दी मैं तेरे प्यार ही कर छो दर्द हो रहा मेरे दादे हुंदा की कर रहे हो तू लगे आज ऐ मैनू है जिंदगी दिखती है तू मैनू की एक औरत का विह मर्द को खुश करने लिए किया जाता चाहे जिन्ना मर्जी गलत हो मैं कोई जानवर तो नहीं जो जी कितना कुट ले जो जी कितना मैं तो अपना दुख किसी को दस भी नहीं सकती जो किसी को कहूंगी तो लोग तो कह देंगे लड़ाई किदे करनी होती मैं तो अपने भाई को भी नहीं कोई गल कर सकती
ਹੁਣ ਤਾਂ ਵਿਚਾਰੇ ਨੇ ਪਹਿਲੇ ਹੀ ਮਸਾਂ ਕਰਜ਼ਾ ਚੱਕ ਕੇ ਮੇਰਾ ਵਿਆਹ ਕੀਤਾ ਸੀ। ਬਸ ਹੁਣ ਤਾਂ ਸਹੀ ਸਕਦੀ ਹਾਂ ਮੈਂ, ਇਸ ਤੋਂ ਬਿਨਾਂ ਕੁਛ ਨਹੀਂ। ਮੇਰੇ ਵਰਗੀ ਔਰਤ ਇਸ ਜ਼ੁਲਮ ਦੇ ਖਿਲਾਫ਼ ਬੋਲ ਸਕਦੀ, ਕਿਉਂਕਿ ਮੈਂ ਤਾਂ ਸੰਸਕਾਰਾਂ ਦੇ ਪਿੰਜਰੇ 'ਚ ਕੈਦ ਹਾਂ ਨਾ। ਮੈਂ ਬੜਾ ਦੁਖਦੇ ਸਿਰ ਸੌਣ ਲੱਗਿਆ। ਉੱਥੇ ਦੁਖਣਾ ਹੀ ਹੈ ਸਿਰ ਤਾਂ, ਤੈਨੂੰ ਮੈਂ ਕਹਿੰਦੀ ਹਾਂ ਨਾ ਪੀਆ ਕਰ ਕਰ। ਓਏ ਰਾਤ ਮਾੜੀ ਜੀ ਪੀਤੀ ਸੀ ਮਾਂ। ਮਾੜੀ ਜੀ ਪੀਣਾ ਮੈਨੂੰ ਪਤਾ ਨਾ, ਤੂੰ ਮਾੜੀ ਜੀ ਪੀਣਾ। ਤੁਰਿਆ ਤਾਂ ਤੇਰੇ ਤੋਂ ਜਾਂਦਾ ਨਹੀਂ ਸੀ। ਆ ਲਓ ਜੀ ਨਿੰਬੂ ਪਾਣੀ। ਓ ਯਾਰ ਠੀਕ ਹੋ ਜੂਗਾ ਸਿਰ, ਹੋ ਜਣਾ। ਪੀ ਲੈ, ਬਸ ਆਹ ਨਿੰਬੂ ਪਾਣੀ ਬਣਾ ਕੇ ਲਿਆਂਦਾ ਉਹਨੂੰ। ਨੂਣ ਵੀ ਗਾਲ ਲਿਆ ਕਰ ਇਹ 'ਚ, ਜੇ ਪਤਾ ਹੋਵੇ ਲੱਖਣ ਹੋਵੇ ਕਾਸੇ ਦਾ ਤਾਂ ਹੈ ਨਾ। ਬਾਈ ਇਹੀ ਕੰਮ ਤੇ ਰਹਿ ਗਿਆ ਮੈਂ ਤਾਂ। ਇੱਕ ਗਲਾਸ ਪਾਣੀ ਦਾ, ਉਹ ਵੀ ਨਹੀਂ ਚੱਜ ਨਾਲ ਬਣਾਇਆ ਗਿਆ ਤੇ। ਉਹ ਚੱਲ ਸਿਰ ਨਾ ਖਾਓ ਮੇਰਾ, ਮੈਂ ਤਾਂ ਅੰਦਰ ਜਾਣਾ। ਦੁਖੀ ਨਾ ਕਰਿਆ ਕਰ ਮੰਮੀ ਜੀ, ਮਾੜਾ ਮੋਟਾ ਇਹਨਾਂ ਨੂੰ ਸਮਝਾਇਆ ਕਰੋ। ਦੱਸ ਆਪਦੇ ਦੋਸਤ ਨੂੰ ਕਹਿ ਲੈ ਆਏ ਘਰੇ, ਚੰਗਾ ਲੱਗਦਾ। ਹਾਏ ਤੇ ਫਿਰ ਕੀ ਹੋ ਗਿਆ ਜੇ ਦੋਸਤ ਘਰੇ ਆ ਗਿਆ ਤਾਂ? ਹੈ ਯਾਰੀਆਂ ਦੋਸਤੀਆਂ 'ਚ ਉਹ ਵੀ ਤਾਂ ਜਾਂਦਾ ਹੀ ਹੋ ਕਿਸੇ ਦੇ ਘਰੇ। ਪਰ ਮੰਮੀ ਜੀ ਜਦੋਂ ਯਾਰ ਦੋਸਤ ਇੱਦਾਂ ਦੇ ਹੋਣ ਨਾ, ਫਿਰ ਉਹਨਾਂ ਨੂੰ ਘਰੇ ਨਹੀਂ ਵੜਿਆ ਜਾਂਦਾ। ਨਾ ਤੈਨੂੰ ਕੀ ਕਹਿਤਾ ਕਿਸੇ ਯਾਰ ਦੋਸਤ ਨੇ? ਕੱਲ ਮੇਰਾ ਹੱਥ ਫੜਦਾ ਸੀ ਉਹ। ਨਹੀਂ ਬਸ ਕਰ, ਰਹਿਣ ਦੇ, ਝੂਠ ਨਾ ਬੋਲਿਆ ਕਰ, ਠੀਕ ਹੈ? ਤੇਰਾ ਹੋਰ ਕਿਸੇ ਪਾਸੇ ਹੁਣ ਜ਼ੋਰ ਨਹੀਂ ਚੱਲਿਆ, ਹੁਣ ਯਾਰਾਂ ਦੋਸਤਾਂ ਲਾ ਗਈ ਬਦਨਾਮੀਆਂ ਲਾਉਣ, ਉਹਦਾ ਕੋਈ ਯਾਰ ਦੋਸਤ ਨਹੀਂ ਹੈਗਾ ਇਹੋ ਜਿਹਾ। ਆਹੋ ਇੱਥੇ ਮੈਨੂੰ ਕੀ ਮਿਲੂਗਾ ਝੂਠ ਬੋਲ ਕੇ? ਨਹੀਂ ਤੂੰ ਮੇਰੀ ਗੱਲ ਸੁਣ, ਆਹ ਜੁੜੇ ਤੇਰੇ ਅੱਗੇ ਹੱਥ, ਆਵਾ ਤਾਵਾ ਨਾ ਬੋਲ, ਨਾ ਮੇਰੇ ਮੁੰਡੇ ਨੂੰ ਬਦਨਾਮ ਕਰ ਤੇ ਨਾ ਉਹਦੇ ਦੋਸਤਾਂ ਨੂੰ ਕਰ। ਤੇਰੇ ਆਪਦੇ ਲਈ ਲੱਛਣ ਮੈਂ ਤਾਂ ਚੱਜ ਦੇ ਲੱਗਦੇ। ਬਸ ਕਰੋ ਮੰਮੀ ਜੀ, ਬਹੁਤ ਸੁਣ ਲਿਆ ਮੈਂ ਥੋਤੋਂ, ਬਕਵਾਸ ਮਾਰੀ ਜਾਂਦੇ ਉਈ। ਨਾ ਮੇਰੀ ਗੱਲ ਸੁਣ, ਨੀ ਕੀ ਬਕਵਾਸ ਬਕਵਾਸ ਕਰੀ ਜਾਂਦੇ, ਕੀ ਕਰ ਲਿਆਂਗੀ ਫਿਰ ਤੂੰ? ਰਹਿਣ ਦੋ, ਮੇਰਾ ਮੂੰਹ ਨਾ ਖਲਵਾਓ, ਜਾਣਦੀ ਆ ਮੈਂ, ਕੋਈ ਮੰਦਰ ਦੀ ਘੰਟੀ ਨਹੀਂ ਹੈਗੀ ਜਿਹਦਾ ਜੇਕਰ ਦਾ ਆ ਕੇ ਖੜਕਾ ਕੇ ਵਗ ਜਾਂਦਾ। ਨੀ ਤੂੰ ਬੜਾ ਨਾ ਬੋਲ, ਮੈਂ ਤੈਨੂੰ ਦੱਸਾਂ ਲੱਗੀ ਏ ਜ਼ਬਾਨ ਚ ਲਾਣਾ। ਰਹਿਣ ਦੋ ਰਹਿਣ ਦੋ, ਜਾਣਦੀ ਆ ਮੈਂ ਤੁਹਾਡੇ ਔਕਾਤ ਨੂੰ। ਅੱਛਾ ਕੀ ਏ? ਨੀ ਕੀ ਏ ਸਾਡੀ ਔਕਾਤ ਨੂੰ? ਤੇਰੀ ਔਕਾਤ ਕੀ ਏ ਤੂੰ ਦੱਸ ਪਹਿਲਾਂ ਮੈਨੂੰ। ਆਹੋ ਮੇਰੇ ਔਕਾਤ ਪਰਖਦੇ ਤੁਸੀਂ, ਤੁਹਾਡੀ ਕੀ ਆ? ਤੁਹਾਡੇ ਘਰ ਚ ਹੈਗਾ ਕੀ ਸੀ? ਸਾਰਾ ਕੁਛ ਤਾਂ ਮੈਂ ਲੈ ਕੇ ਆਈ ਆ। ਨੀ ਬਸ ਕਰ ਬਸ ਕਰ, ਉਹ ਵੀ ਕਰਜ਼ੇ ਚੁੱਕ ਕੇ ਮਰ ਜਾ ਨੱਕ ਡਬੋ ਕੇ। ਜਿਵੇਂ ਵੀ ਲੈ ਕੇ ਆਈ ਆ, ਲੈ ਕੇ ਤਾਂ ਆਈ ਆ, ਉਦੋਂ ਮੈਂ ਐਡੀ ਗਿੱਠ ਜਿੱਡੀ ਜੀਵ ਅੱਡ ਲਈ ਸੀਗੀ, ਸਾਨੂੰ ਆ ਚਾਹੀਦਾ ਆ ਚਾਹੀਦਾ, ਰਾਣੀ ਬਣਾ ਕੇ ਰੱਖਾਂਗੇ ਅਸੀਂ ਵੀ, ਤਾਂ ਹੀ ਸਾਰਾ ਕੁਛ ਪੂਰਾ ਕਰਿਆ ਸੀ ਤੁਹਾਡਾ। ਕਰਿਆ ਸੀ ਤਾਂ ਤੇਰੀ ਇੰਨੀ ਹਿੰਮਤ ਲੱਗੀ ਤੂੰ ਬਹੁਤ ਹੋ ਗਿਆ। ਹੁਣ ਤਾਂ ਮੈਂ ਸ਼ੀਮਾ ਮੈਂ ਮਾਰਦੀ ਮੈਂ ਬੁੱਧਰਾ ਸ਼ੀਮਾ ਮੈਂ ਕੀ ਕੀਤਾ ਜਾਣਦੇ ਨਾ ਮੈਂ ਸ਼ਿਵ ਮਹਾਰਾਜ ਨੂੰ ਮਾਰਦਾ ਵੇ ਸ਼ਿਵ ਮਹਾਰਾਜ ਥੱਪੜ ਮਾਰਿਆ ਨਾ ਮੈਂ ਗਲਾ ਕਿਆ ਝੂਠ ਮਾਰ ਰਿਹਾ ਮੰਮੀ ਜੀ ਤੇਰੀ ਐਡੀ ਹਿੰਮਤ ਹਾਏ ਮੈਂ ਕੁਛ ਨਹੀਂ ਕੀਤਾ ਖੇਖਣ ਕਰਦੀ ਆ ਤੇਰੀ ਮਾਂ ਚੁੱਪ ਕਰ ਜਾ ਮਾਂ ਇਹਦੇ ਨਾਲ ਗੱਲ ਨਹੀਂ ਕਰਨੀ ਇਹਦੇ ਲਾਉਣੇ ਆ ਭਾਈ ਨੂੰ ਫੋਨ ਉਹਨੂੰ ਬੁਲਾਉਣੇ ਆ ਇਹਦਾ ਚੁਕਾਉਣੇ ਆ ਜੁੱਲੀ ਬਿਸਤਰਾ ਲਾ 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 ਤੇਰੇ ਭਾਈ ਨੇ ਦੱਸ ਕੀ ਕਰਿਆ ਚੁੱਪ ਕਰ ਜਾ ਤੂੰ ਉਹਨੂੰ ਬੁਲਾਉਣੇ ਆ ਕਰਦੇ ਆ ਜਲੂਸ ਵੱਡਾ ਬਣਦਾ ਨਾ ਨੋਢੀ ਖਾ ਉਹ ਮੈਂ ਮੇਰੇ ਨੇ ਥੱਪੜ ਮਾਰਿਆ ਲਾ ਆ ਜਾ ਮਾਂ ਕੋਈ ਤੇ ਮਾਰਿਆ ਅਰੇ ਨਾ ਮੈਂ ਅੱਜ ਹੋਈ ਸੀ ਇਹਨਾਂ ਲਈ ਵੀ ਹੁਣ ਮੈਂ ਇਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੀ ਦੱਸ ਹੁਣੇ ਵੀਰੇ ਨੂੰ ਫੋਨ ਕਰਨਗੇ ਕੋਈ ਗੱਲ ਨਹੀਂ ਇਸ ਵਾਰ ਮੈਂ ਵੀ ਨਹੀਂ ਚੁੱਪ ਰਹਿੰਦੀ ਆ ਜਾਂਦੇ ਵੀਰੇ ਨੂੰ ਇਹਨਾਂ ਦੇ ਵੀ ਸਾਰੇ ਕਰਤੂਤਾਂ ਦੱਸੂਗੀ ਬਹੁਤ ਸਹਿਲਾ ਚੁੱਪ ਰਹਿ ਕੇ ਮੈਂ ਹਾਂਜੀ ਬਾਈ ਜੀ ਕੀ ਗੱਲ ਹੋ ਗਈ ਜਿਹੜਾ ਇੱਕਦਮ ਤੁਸੀਂ ਮੈਨੂੰ ਫੋਨ ਕਰਕੇ ਬੁਲਾ ਲਿਆ ਆਪਦੀ ਲਾੜਲੀ ਜੀ ਪੁੱਛ ਲੈ ਹੋ ਗਈ ਗੱਲ ਦੱਸ ਮੈਂ ਕੀ ਹੋ ਗਿਆ ਭਾਈ
ਇਹ ਤਾਂ ਨਾ ਇੱਕ ਮਿੰਟ ਵੀ ਲਿਹਾਜ ਨਹੀਂ ਕਰਦੀ, ਇੱਕ ਗੱਲ ਦਾ ਵੀ ਅੱਗੋਂ ਲਿਹਾਜ ਕਰੇ। ਹੁਣ ਘਰ ਦੀ ਨੂੰਹ ਧੀ ਹੈ ਇਹ, ਮੈਨੂੰ ਕੋਈ ਬੇਗਾਨੀ ਥੋੜ੍ਹੀ, ਚੰਗੇ ਮਾੜੇ ਤੋਂ ਕਹਿਣਾ ਪੈਂਦਾ। ਇਹਨੇ ਜਿਵੇਂ ਮੇਰੇ ਨਾਲ ਅੱਜ ਕੀਤੀ ਨਾ, ਹੱਥ ਚੱਕਿਆ ਮਾਤੇ, ਕੀ ਦੱਸਾਂ ਭੈਣੇ ਕੀ ਕਹਿ ਰਿਹਾ। ਨਾਲੇ ਮੇਰੀ ਗੱਲ ਸੁਣ ਬਾਈ, ਆਈ ਗਿਆਂ ਦਾ ਘਰ ਹੈ ਤੈਨੂੰ ਵੀ ਪਤਾ, ਇਸ ਘਰ ਦੀ ਨੂੰਹ ਹੈ ਤਾਂ ਇਹਦਾ ਇੰਨਾ ਕੁ ਜ਼ਿੰਮੇਵਾਰੀ ਤਾਂ ਹੈਗੀ ਹੈ ਨਾ, ਵੀ ਆਏ ਗਏ ਨੂੰ ਪਾਣੀ ਧਾਣੀ ਪੁੱਛੇ। ਉਹ ਕੱਲ੍ਹ ਮੇਰਾ ਦੋਸਤ ਆ ਗਿਆ, ਅਸੀਂ ਖਾਣ ਪੀਣ ਲੱਗ ਗਏ ਚੱਲ ਬਹਿ ਕੇ, ਉਹ ਹੁੰਦਾ ਹੀ ਹੈ, ਇੰਨੇ ਟਾਈਮ ਬਾਅਦ ਮਿਲਿਆ ਅਸੀਂ, ਕਿਤੇ ਬਾਹਰ ਤਾਂ ਨਹੀਂ ਖੂਹ ਖਾਤੇ 'ਚ ਮੂੰਹ ਮਾਰਿਆ, ਆ ਕੇ ਘਰੀ ਬੈਠੇ ਆ। ਉਹ ਫਿਰ ਵੀ ਇਹਦਾ ਕੁਛ ਬੋਲੀ ਦੱਸ ਵੀ ਨਹੀਂ ਸਕਦੇ। ਭੈਣੇ ਕੀ ਕਹਿ ਰਹੇ ਨੇ? ਵੀਰੇ ਜੀ ਮੇਰੀ ਕੋਈ ਗਲਤੀ ਨਹੀਂ, ਨਾਲੇ ਜਿਹੜੇ ਦੋਸਤ ਦੀ ਗੱਲ ਕਰਦੇ ਨੇ ਨਾ, ਉਹ ਬਸ ਆ ਦੇਖ ਲੈ, ਆ ਤੇਰੇ ਸਾਹਮਣੇ ਹੀ ਬੋਲਦੀ ਨਾ, ਕਿਵੇਂ ਕਿਵੇਂ ਚਲਾਉਂਦੀ ਹੈ। ਗੱਲ ਕਰ ਲੈ ਭਾਈ, ਨਹੀਂ ਸਿੱਧੀ ਜੀ ਗੱਲ ਹੈ, ਕੋਟ ਕੋਟ 'ਚ ਨਿਬੜ ਦਾਂਗੇ ਆਪਾਂ। ਨਾ ਨਾ ਬਾਈ, ਇਹੋ ਜਿਹੀ ਗੱਲ ਕਾਹਤੋਂ ਕਰਦੇ ਹੋ ਤੁਸੀਂ? ਉਹ ਹੋਰ ਕੀ ਹੱਲ ਹੈ ਫਿਰ, ਹੁਣ ਸਿਰ ਤਾਂ ਮੈਂ ਚੜਾ ਲਈ ਸੀ। ਕੋਈ ਨਹੀਂ ਬਾਈ, ਮੈਂ ਕਰਦਾ ਗੱਲ। ਵੀਰੇ ਭੈਣੇ ਤੂੰ ਆ ਮਾੜਾ ਜਿਹਾ, ਇਹੋ ਜਿਹਾ ਵਿਚੋਲੇ ਨੇ ਸਾਡੇ ਸਿਰ ਵੱਢਿਆ, ਸਾਡਾ ਹੁਣ ਤੱਕ ਚੱਕਣ ਜੋਗੇ ਨਹੀਂ ਹੈਗੇ। ਅੱਜ ਤਾਂ ਇਹਨੇ ਥੱਪੜ ਮਾਰਿਆ, ਕੱਲ ਕੁਛ ਹੋਰ ਕਰੂਗੀ। ਇਹੋ ਜਿਹੀ ਤਾਂ ਗੱਲ ਗੁੱਠਾ ਦੇ ਕੇ ਵਗ ਜਾਂਦੀਆਂ ਨੇ, ਕਰਨ ਦੇ ਗੱਲ ਫਿਰ ਦੇਖਦੇ ਕੀ ਬਣਦਾ। ਭੈਣੇ ਇਹ ਸਭ ਮੈਂ ਕੀ ਸੁਣ ਰਿਹਾ, ਉਹ ਕਿਵੇਂ ਤੇਰੀਆਂ ਸ਼ਿਕਾਇਤਾਂ ਲਾਉਣ ਲੱਗੇ ਪਏ ਨੇ, ਤੈਨੂੰ ਅਸੀਂ ਆਹ ਸੰਸਕਾਰ ਦਿੱਤੇ ਨੇ? ਵੀਰੇ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ, ਬਸ ਇਹ ਦਿਨ ਰਾਤ ਮੈਨੂੰ ਤੰਗ ਕਰਦੇ ਨੇ। ਉਹ ਜੇ ਨਹੀਂ ਕਿਹਾ, ਇਹ ਸ਼ਿਕਾਇਤਾਂ ਤੇਰੀਆਂ ਕਿਵੇਂ ਲਾਉਣ ਲੱਗੇ ਪਏ ਨੇ? ਕੋਈ ਗੱਲ ਤਾਂ ਹੋਈ ਹੋਊ ਨਾ ਤੁਹਾਡੇ ਵਿੱਚ। ਵੀਰੇ ਗੱਲ ਤਾਂ ਇਹ ਆ ਵੀ ਮੈਂ ਕਰਦੀ ਨੂੰਹ ਆ, ਜੇ ਕੋਈ ਵੀ ਗਲਤੀ ਹੁੰਦੀ ਹੈ ਨਾ, ਨੂੰਹ ਤੇ ਹੀ ਹੁੰਦੀ ਆ। ਭੈਣੇ ਲੜਾਈਆਂ ਘਰਾਂ ਵਿੱਚ ਕਿਉਂ ਨਹੀਂ ਹੁੰਦੀਆਂ, ਸਭ ਦੇ ਹੁੰਦੀਆਂ ਨੇ, ਪਰ ਫਰਜ਼ ਬਣਦਾ ਤੇਰਾ ਇਹ ਘਰ ਨੂੰ ਸਾਂਭ ਕੇ ਰੱਖਣ ਦਾ, ਬੰਨ ਕੇ ਰੱਖਣ ਦਾ। ਵੀਰੇ ਮੈਨੂੰ ਇੱਕ ਗੱਲ ਦੱਸ, ਤੂੰ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਦੇ, ਤੈਨੂੰ ਲੱਗਦਾ ਵੀ ਤੇਰੀ ਭੈਣ ਕਿੱਡੀ ਗਲਤੀ ਕਰੂਗੀ? ਭੈਣੇ ਲੜਾਈਆਂ ਕਿਹੜੇ ਘਰ ਨਹੀਂ ਹੁੰਦੀਆਂ, ਸਾਰਿਆਂ ਘਰ ਲੜਾਈਆਂ ਹੁੰਦੀਆਂ ਨੇ, ਪਰ ਤੇਰਾ ਫਰਜ਼ ਬਣਦਾ ਘਰ ਨੂੰ ਕਿਵੇਂ ਜੋੜ ਕੇ ਰੱਖਣਾ, ਇੱਕ ਨੂੰਹ ਦਾ ਫਰਜ਼ ਹੁੰਦਾ। ਤੂੰ ਇਹਨਾਂ ਦੀ ਨੂੰਹ ਵੀ ਆ ਤੇ ਧੀ ਵੀ ਆ, ਇਹ ਤੇਰਾ ਫਰਜ਼ ਬਣਦਾ ਜੇ ਘਰ 'ਚ ਕਲੇਸ਼ ਹੁੰਦਾ ਉਹਨੂੰ ਕਿਵੇਂ ਖਤਮ ਕਰਨਾ। ਬਾਕੀ ਤਲਾਕ ਦੀਆਂ ਗੱਲਾਂ ਤਾਂ ਇਹ ਕਰੀ ਹੋ ਜਾਂਦੇ ਨੇ, ਜੇ ਨਹੀਂ ਰਹਿਣਾ ਇੱਥੇ ਤਾਂ ਚੱਕ ਬੈਗ, ਮੈਂ ਪਿੰਡ ਲੈ ਚੱਲਦਾ ਤੈਨੂੰ। ਪਿੰਡ ਦੇ ਲੋਕ ਕੀ ਗੱਲਾਂ ਕਰਨਗੇ, ਮੈਂ ਆਪੇ ਸਹਿ ਲੂੰਗਾ, ਅਤੇ ਜੇ ਕਿਤੇ ਹੋਰ ਰਹਿਣਾ ਪਿਆ ਫਿਰ ਪਿੰਡ ਛੱਡ ਕੇ ਤਾਂ ਹੋਰ ਵੀ ਰਹਿ ਲੂੰਗਾ, ਪਰ ਮੈਨੂੰ ਤੂੰ ਕੁਛ ਚਾਹੀਦੀ ਆ, ਦੱਸ ਤੇਰੀ ਕੀ ਸਲਾਹ ਭੈਣੇ? ਵੀਰੇ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਦੱਸ ਵੀ ਮੈਂ ਗਲਤੀ ਕਰ ਸਕਦੀ ਹਾਂ, ਮੈਂ ਕਦੇ ਵੀ ਤੇਰਾ ਸਿਰ ਨੀਵਾਂ ਨਹੀਂ ਕਰੂੰਗੀ, ਬਸ ਇਹ ਹਾਲਾਤ ਹੀ ਕੁਛ ਇਹੋ ਜਿਹੇ ਬਣੇ ਪਏ ਨੇ। ਪਰ ਕੋਈ ਗੱਲ ਨਹੀਂ ਵੀਰੇ, ਮੈਂ ਇਹ ਖਾਈ ਵੀ ਕੱਟ ਲੂੰ, ਪਰ ਤੇਰਾ ਸਿਰ ਨਹੀਂ ਨੀਵਾਂ ਹੁੰਦਾ ਦੇਖ ਸਕਦੀ। ਕੋਈ ਗੱਲ ਨਹੀਂ ਭੈਣ, ਲੜਾਈਆਂ ਘਰਾਂ 'ਚ ਹੁੰਦੀ ਹੁੰਦੀਆਂ ਨੇ, ਦੋ ਚਾਰ ਦਿਨਾਂ ਤੱਕ ਹਾਪੀ ਗੱਲ ਠੰਡੀ ਪੈ ਜੂਗੀ, ਨਾਲੇ ਰਹਿਣਾ ਤਾਂ ਤੈਨੂੰ ਇੱਥੇ ਹੀ ਆ, ਮਾਫ਼ੀ ਮੰਗ ਲਾ, ਕੁਛ ਨਹੀਂ ਵਿਗੜਦਾ, ਆ ਜਾ ਮੇਰੀ ਭੈਣ। ਅੱਛਾ ਹਾਂ ਬਾਈ ਕਿਵੇਂ ਕਰਨਾ, ਸਮਝਾਤਾ ਬਾਈ ਮੈਂ ਭੈਣ ਨੂੰ, ਸਮਝਣ ਵਾਲੀ ਹੈ ਵੀ ਇਹ? ਉਹ ਤਾਂ ਨਹੀਂ ਸਮਝਣ ਵਾਲੀ ਹੈਗੀ। ਨਾ ਮਾਸੀ ਜੀ ਮੈਂ ਗੱਲ ਕਰ ਲਈ, ਹੁਣ ਤੁਸੀਂ ਜਿਵੇਂ ਕਹੋਗੇ ਨਾ ਇਹ ਉਵੇਂ ਕਰੂਗੀ। ਦੇਖ ਲਓ ਜੇ ਤੁਹਾਨੂੰ ਤਲਾਕ ਦਾ ਲੱਗਦਾ ਨਮੇੜ ਲੈਂਦੇ ਕੋਰਟ 'ਚ। ਬਾਈ ਨਾ ਨਾ, ਇਹੋ ਜਿਹੀ ਗੱਲਾਂ ਕਾਹਦੇ ਵਾਸਤੇ ਕਰਦੇ ਹੋ ਤੁਸੀਂ, ਇਹਨੇ ਹੋਰ ਕਿੱਥੇ ਜਾਣਾ? ਨਾ ਇਹੋ ਜਿਹਾ ਘਰ ਨਹੀਂ ਮਿਲਦਾ ਤੈਨੂੰ। ਇਹ ਤਾਂ ਹੈ ਬਾਈ, ਜਿੰਨੀ ਸਰਦਾਰੀ ਸਾਡੇ ਘਰੇ ਆ ਨਾ, ਹੋਰ ਕਿਤੇ ਨਹੀਂ ਮਿਲਣੀ। ਇੱਥੇ ਪੁੱਤ ਰਾਜ ਭਾਗ ਸਾਰਾ ਇਹਦੇ ਹੱਥ 'ਚ ਹੈ। ਮਾਸੀ ਜੀ ਇਹੀ ਗੱਲ ਇਹਨੂੰ ਮੈਂ ਸਮਝਾਈ ਆ, ਲੜਾਈਆਂ ਆਪਣੀਆਂ ਕਿੱਥੇ ਨਹੀਂ ਹੁੰਦੀਆਂ, ਜੇ ਬੰਦਾ ਠੰਡੇ ਦੁੱਧ ਫੂਕਾਂ ਮਾਰੇ ਤਾਂ ਫਿਰ ਕਸੂਰ ਕਿਹਦਾ? ਬੇਇੱਜ਼ਤੀ ਕਰੀ ਹੈ ਮਾਂ ਦੀ ਮੇਰੀ ਦੀ, ਮਾਫ਼ੀ ਮੰਗ ਲੈ, ਲੜਾਈ ਖਤਮ। ਮਾਫ਼ ਕਰ ਦਿਓ ਮੰਮੀ ਜੀ ਮੈਨੂੰ, ਗਲਤੀ ਹੋ ਗਈ ਮੇਰੇ ਤੋਂ। ਦੇਖ ਲੈ ਐਂ ਨਹੀਂ ਹੈਗਾ, ਪੈਦੀ ਹੱਥ ਲਾ ਦੇ। ਲਾ ਦੇ ਭੈਣ, ਤੇਰੀ ਮਾਂ ਹੀ ਆ, ਲਾ ਦੇ। ਮਾਫ਼ ਕਰ ਦਿਓ ਮੰਮੀ ਜੀ ਮੈਨੂੰ। ਚੱਲ ਬਸ ਬਸ ਰਹਿਣ ਦੇ, ਠੀਕ ਹੈ, ਬਹਿ ਜਾ ਉਰੇ, ਆਹ ਦਿਨ ਥੋੜ੍ਹੀ ਦੇਖਣ ਨੂੰ ਮੈਂ। ਬੈਠ ਜਾ ਉਰੇ, ਮੈਂ ਵੀ ਹੱਥ ਜੋੜਦਾ ਜੀ, ਜੇ ਕੋਈ ਗਲਤੀ ਹੋ ਗਈ ਮੇਰੀ। ਪੁੱਤ ਦੇਖ ਮੈਂ ਬਥੇਰਾ ਪਿਆਰ ਕਰਦੀ ਹਾਂ, ਮੁੰਡਾ ਬਥੇਰਾ ਸੁੱਖ ਨਾਲ ਪਿਆਰ ਕਰਦਾ ਇਹਨੂੰ, ਹੈ ਹੋਰ ਦੱਸ ਅਸੀਂ ਕੀ ਕਰੀਏ, ਜਿਹੜੀ ਚੀਜ਼ ਕਹਿੰਦੀ ਜੋ ਵੀ ਕਹਿੰਦੀ ਅਸੀਂ ਇਹਨੂੰ ਹਾਜ਼ਰ ਕਰਦੇ ਹਾਂ। ਨਾਲੇ ਇੱਕ ਗੱਲ ਹੋਰ, ਆ ਲਾਸਟ ਗਲਤੀ ਇਹਦੀ, ਜੇ ਅੱਜ ਤੋਂ ਬਾਅਦ ਇਹੋ ਜਿਹਾ ਕੁਛ ਘਰੇ ਹੋਇਆ ਨਾ, ਤਿਆਰੀ ਗੱਲ ਨਹੀਂ ਫਿਰ। ਉਹ ਨਾ ਨਾ ਬਾਈ, ਇਹੋ ਜਿਹੀ ਗੱਲ ਕਾਹਤੋਂ ਮੂੰਹ ਤੋਂ ਕੱਢਦੇ ਹੋ ਤੁਸੀਂ ਬਾਈ, ਮੈਂ ਸਮਝਾਤਾ ਸਾਰਾ ਕੁਛ ਭੈਣ ਨੂੰ।
भैने तेरा अपना परिवार है, खुशी खुशी इन्हां नाल रह। देखदे पुत्त तेरे समझाउंदा किसना का असर हुंदा इहनूं। ਨਾਲੇ ਰੋਜ਼ ਰੋਜ਼ ਆ ਕਿੱਥੇ ਕੰਮ ਕਲੇਸ਼ ਚੱਲੂਗਾ, ਐਡੇ ਵਿਹਲੇ ਕਿੱਥੇ ਆ। ਨਾਲੇ ਢਾਈ ਤਾਂ ਟੋਟਰੂ ਆ ਸੀ, ਅਦੋ ਜੀਆਂ ਜੇ ਅਸੀਂ ਦੋਨਾਂ ਜੀਆਂ ਚ ਹਰ ਵੇਲੇ ਤੂੰ ਤੂੰ ਮੈਂ ਹੁੰਦੀ ਰਹੀ ਤੇ ਕੀ ਫਾਇਦਾ। ਚੰਗਾ ਬਾਈ ਜੀ, ਚੰਗਾ। ਕੋਈ ਨਾ ਪੁੱਤ। ਚੰਗਾ ਭੈਣ, ਲੜਿਓ ਨਾ ਹੁਣ। ਕਿਉਂ, ਹੁਣ ਵੀ ਤਾਂ ਸਿੱਧੀ ਹੋਈ ਹੈ, ਹੁਣ ਕਿੱਧਰ ਗਈ ਤੇਰੀ ਆਕੜ ਵੱਡੀ ਆਈ ਸੀ ਬੋਲਣ ਵਾਲੀ। ਜਿਹੜੇ ਕਾਤ ਭੁੱਲ ਜਾਣ ਨਾ, ਐਂ ਵੀ ਹੁੰਦਾ ਉਹਨਾਂ ਨਾਲ। ਹਲੇ ਵੀ ਕਿਵੇਂ ਮੱਚ ਸੜ ਕੇ ਗਈ ਮੈਂ। ਇੱਕ ਗੱਲ ਹੋਰ ਆਈ ਹੈ, ਅੱਜ ਤਾਂ ਇਹ ਬੋਲੀ ਹੈ, ਕੱਲ ਨੂੰ ਇਹ ਗੱਲ ਨੂੰ ਵੀ ਪੈ ਸਕਦੀ ਹੈ। ਇਹ ਤਾਂ ਹੈ। ਮੈਂ ਤਾਂ ਇਹ ਸੋਚਦਾ ਸੀ ਵੀ ਕਿਉਂ ਨਾ ਆਹ ਤਲਾਕ ਵਾਲਾ ਕੰਮ ਜਿਹਾ ਕਰੇ ਦਈਏ। ਵੀ ਸੱਚੀ ਤਲਾਕ ਲੈ ਲਈ? ਓਏ ਆਪਣੇ ਦੱਸ ਕੀ ਜੁੱਤੀਓ ਖੇ ਲੈਂਦੀ ਹੈ, ਆਪਾਂ ਨੂੰ ਕੀ ਚੱਕਰ ਹੈ। ਮੈਂ ਸਹੀ ਗੱਲ ਹੈ ਤੇਰੀ, ਮੈਂ ਤਾਂ ਤੈਨੂੰ ਮਹੀਨਾ ਨਹੀਂ ਪੈਣ ਦਿੰਦੀ, ਉਹਦੀ ਵਿਆਹ ਲਾਂਗੀ। ਬਸ ਫਿਰ ਹਾਂ, ਰਿਸ਼ਤੇ ਬਥੇਰੇ, ਨਵੀਂ ਆਜੂਗੀ ਨਾਲੇ ਨਵਾਂ ਸਮਾਨ ਆਊਗਾ। ਆਈ ਕਰ ਫਿਰ। ਆਹੋ ਆਪਾਂ ਹੌਲੀ ਹੌਲੀ ਕਰਦੇ ਹਾਂ, ਕੋਈ ਵਿਆਹ ਬਣਾਉਂਦੇ ਹਾਂ ਆਪਾਂ। ਵਿਆਹ ਕੀ ਹੈ, ਬਸ ਹੈਗਾ ਇੱਕ ਵਕੀਲ ਗੱਲ ਕਰਦਾ ਉਹਦੇ ਨਾਲ, ਕਾਗਜ਼ ਲਿਆਉਣੇ ਆ, ਸਾਈਨ ਕਰਾਉਣੇ ਆ, ਬਸ ਠੀਕ ਹੈ, ਕੰਮ ਨਿਬੜੂ। ਆਈ ਕਰਦੇ ਹਾਂ, ਠੀਕ ਹੈ ਨਾ। ਤੂੰ ਮੈਨੂੰ ਤਾਂ ਉਹੀ ਭੁਲਾ ਲੈਣਾ ਚੰਦਰਿਆ, ਫਿਰ ਵੀ ਮਾਂ ਤੇਰੀ ਮੈਥੋਂ ਤਾਂ ਦੇਖਿਆ ਵੀ ਨੀ ਜਾਂਦਾ ਹੈ ਵੀ ਤੂੰ ਦੁਖੀ ਹੋਵੇ ਪੈਸਿਆਂ ਤੋਂ ਬਿਨਾ। ਚੱਲ ਕਾਲੇ ਬਾਈ, ਕਾਲੇ ਕੱਖ ਫੇਰ ਵੱਡੀ ਬਾਈ, ਮਾੜਾ ਜਿਹਾ ਹੋ ਰਿਹਾ, ਮੇਰੀ ਗੱਲ ਸੁਣ। ਦੱਸ। ਆ ਜਾ ਬਹਿ ਜਾ। ਹਾਂ ਦੱਸ ਬਾਈ, ਕੀ ਗੱਲ ਆ? ਕੱਲ੍ਹ ਨਾ ਬਾਈ ਮੈਂ ਭੈਣ ਕੋਲ ਗਿਆ ਸੀਗਾ, ਉਹਨਾਂ ਦੇ ਤਾਂ ਯਾਰ ਉਹੀ ਘਰੇਲੂ ਲੜਾਈਆਂ ਚੱਲ ਪਈਆਂ, ਸੱਸ ਇੱਦੂ ਤੇਜ਼ ਆ ਅਤੇ ਪ੍ਰਾਹੁਣਾ ਉਸ ਤੋਂ ਵੀ ਤੇਜ਼ ਆ, ਗੱਲ ਤਾਂ ਬਾਈ ਕੱਲ੍ਹ ਤਲਾਕ ਤੱਕ ਪਹੁੰਚ ਗਈ ਸੀ। ਮੈਨੂੰ ਹੀ ਪਤਾ ਮੈਂ ਗੱਲ ਕਿਵੇਂ ਟਿਕਾਈ। ਚੱਲ ਬਾਈ ਧਿਆਨ ਰੱਖੀ ਯਾਰ, ਜ਼ਮਾਨਾ ਬਹੁਤ ਮਾੜਾ। ਖਿਆਲ ਤਾਂ ਰੱਖੂ ਬਾਈ, ਦੇਖ ਲਾ ਆਪਣੀ ਭੈਣ ਵਿੱਚ ਰੱਤੀ ਭਰ ਵੀ ਨੁਕਸ ਨਹੀਂ ਹੈਗਾ, ਪਰ ਕੱਲ੍ਹ ਗਲਤੀ ਫਿਰ ਵੀ ਉਹਦੀ ਕੱਢ ਕੇ ਆਇਆ ਮੈਂ। ਬੜੀ ਮਾੜੀ ਗੱਲ ਆ ਬਾਈ। ਆ ਬਾਈ ਦੁਨੀਆ ਵੀ ਸਰੀ ਪਿਆ ਯਾਰ, ਆਹ ਦੇਖ ਲਾ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ, ਤੌਰਿਆਂ ਨੇ ਕੁੜੀ ਨੂੰ ਗਾਂਗੂਠ ਦੇ ਕੇ ਮਾਰਤਾ। ਬਾਈ ਖਿਆਲ ਰੱਖੀ, ਕੀ ਪਤਾ ਮਾੜਾ ਸਮਾਂ ਕਦੋਂ ਆ ਜੇ। ਉਹ ਦੇਖੀ ਬਾਈ ਕਾਲੀ ਕੀ ਕਹੀ ਜਾਂਦਾ ਤੂੰ, ਪਰ ਕਹਿ ਤਾਂ ਤੂੰ ਸੱਚੀ ਰਿਹਾ ਬਾਈ, ਇਹ ਤਾਂ ਹੁਣ ਘਰ ਘਰ ਦੀ ਕਹਾਣੀ ਬਣੀ ਪਈ ਆ, ਫਿਰ ਤੂੰ ਪਹਿਲਾਂ ਕਿਸੇ ਆਪਣੇ ਘਰ ਦੀ ਕਹਾਣੀ ਬਣੇ, ਖਿਆਲ ਤਾਂ ਹੁਣ ਰੱਖਣਾ ਪਊ। ਚੱਲ ਬਾਈ ਤੂੰ ਵੱਟ ਕੱਖ। ਮੇਰੀ ਗੱਲ ਸੁਣ, ਸਕੀਮ ਤਾਂ ਤੇਰੀ ਠੀਕ ਹੈ, ਪਰ ਇਹਨਾਂ ਨਾਲ ਗੱਲ ਕਿਵੇਂ ਕਰੀਏ। ਕਿਉਂ ਗੱਲ ਕਰਨੋ ਕਿ ਸਾਡੇ ਤੋਂ ਤਗੜੀ ਹੈ, ਚੱਲ ਸਿੱਧਾ ਕਹਿ ਜਾ ਕੇ ਵੀ ਚੱਲ ਮੰਨੂਗੇ ਨਹੀਂ ਮਨਾਵਾਂਗੇ। ਪਹਿਲਾਂ ਮਾੜੇ ਜੇ ਪਿਆਰ ਜੇ ਨਾਲ ਹੈ ਨਾ। ਆ ਸ਼ਾਲੂ ਸ਼ਹਿਰ ਕੰਮ ਸੀਗਾ ਆਪਾਂ ਨੂੰ, ਚੱਲ ਚੱਲੀਏ। ਸ਼ਹਿਰ? ਆਹੋ ਕੀ ਕੰਮ ਸੀ? ਕੋਈ ਕੰਮ ਹੈ ਤਾਂ ਹੀ ਲਿਜਾਣਾ ਤੈਨੂੰ ਸ਼ਹਿਰ, ਮਾੜਾ ਜਿਹਾ ਕੋਰਟ 'ਚ ਕੰਮ ਹੈ। ਕੋਰਟ 'ਚ? ਆਹੋ ਕੋਰਟ 'ਚ ਕੀ ਕੰਮ ਪੈ ਗਿਆ, ਅੱਗੇ ਤਾਂ ਤੁਸੀਂ ਮੈਨੂੰ ਕਿਤੇ ਲੈ ਕੇ ਨਹੀਂ ਗਏ, ਹੁਣ ਕੰਮ ਕੀ? ਅੱਜ ਐਂ ਜੀ ਕਰਿਆ ਵੀ ਜ਼ਮੀਨ ਜਾਇਜਾ ਸਾਰਾ ਘਰ ਬਾਰ ਤੇਰੇ ਨਾਂ ਕਰਵਾ ਦਈਏ ਤੇ ਚੱਲ। ਮੇਰੇ ਨਾ ਮੈਨੂੰ ਸੱਚ ਸੱਚ ਦੱਸੋ ਸਲਾਹ ਕੀ ਆ ਤੁਹਾਡੀ? ਤੈਨੂੰ ਲੱਗਦਾ ਕੁੱਤੇ ਦੀ ਪੂੰਛ ਹੈ ਇਹ ਵੀ ਸਿੱਧੀ ਹੋ ਜੂਗੀ? ਉਹ ਇਹਨੇ ਤਾਂ ਬਾਊ ਬਾਊ ਕਰਨਾ, ਬਾਊ ਬਾਊ ਕਰੂ, ਚੱਲ ਕੋਰਟ ਚੱਲ। ਮੈਨੂੰ ਮੈਂ ਨਹੀਂ ਜਾਂਦੀ, ਪਹਿਲਾਂ ਦੱਸੋ। ਓਏ ਤਲਾਕ ਲੈਣਾ ਤੇਤੋਂ, ਉਹ ਕਾਗਜ਼ਾਂ ਸਾਈਨ ਕਰ ਚੱਲ।
तलाक मेरी वकील नाल गल होगी, 15 मिनटां दी खेड़ा सारी। शाबाश है, रिश्ते खत्म करना सिर्फ 15 मिनट दी खेड़ हुंदी है। नहीं तू बाली जवा ना मार, ठीक है सीधी होके चल साडे नाल। मैं नहीं देण वाली कोई तलाक तलूक, ये गल अपने दिमाग चो कढ दो। क्यों कहा सी ना तेनू, ना ओ तां बड़ा कहंदी सी मैं औखी आ, हुण कर देने सौखी तेनू। औखी रहा हुण चाहे सौखी रवां, हुण नहीं मैं घर चो जान लगी, नाले हुण तां मेरा भरा भी कह गया भैणे वी कुड़ियां दा फर्ज़ घर नूं जोड़ के रखना, बस हुण मैं ओही गल ते अमल करना, ये घर नूं जोड़ के ही रखूंगी मैं। ना हुण तां तूं बाली सियाणी हो गई। सियाणी कानूं हो गई मां, इहदा दिमाग हल रहा, इहदा दिमाग ठीक करना पऊगा, जिहदा चपेड़ा पिया ना इहदे इहदा सारा दिमाग सेंटर च आ जाऊगा। करना तां पैणा है, देखदा की है फिर, नाले फिर भज्जी फिरूगी। हाय की दिक्कत है, बस आही जोगी रह गई थोड़ी मरदानगी, हाथी चकना आंदा चक लैने हो। हजे मरदानगी दसदी है ना, तू मैनू ऐ दस भी चलना है कि नहीं। ते मैं नहीं जांदी, जिन्ना मर्जी मार कुट लो, आदत बन गई हुण मैनू, मर जूंगी पर सहन नहीं करदी। मां गल नहीं सुनी की कहे उहने, भी मरनी मर जू नबेड़ नबेड़ काम ना फड़ी दिया, छड्डो छड्डो फड़े नु बस वीरे पूरी रुक जा, थोड़ा जल्दी आ गया, रुक के आना सी मेरे सिविया ती पहुंच जांदा। तुसी खड़े की देख दे हो, कोट तो ना गला मेरा वीरे, मरता मैं उदन ही गई सी, बस शरीर तोड़ती जिंदा सी, वो आज कमी पूरी हो जांदी। कुट्टो ना मेरा गला, हुण का तू खड़ गए आप दे लक्षण भी दस। आप दी गल दस, आप दे लक्षण भी दस। हले शर्म नहीं आंदी इहनां नूं। बस भैण मैं अखी देख ला सारा कुछ। आहो लै जा फिर देख ला ते अखी। ऐसे दी गलती आ नहीं वीरे, मैं इत ही रहूंगी, मरनी मर जूंगी पर इथू नहीं जाती। तू टेंशन ना ले, सिर नहीं रखना। हाँ भग जा फिर, ओ थोड़े मैं रखन भी लगा इनू, किवें मेरी भैन का जुलूस कढ़िया तुसी, मारन वाली करती बेचारी। ओ जुलूस तो इन्हें साडा कढ़िया, ऐसी दी नंगा दी थी असी की करनी है। सानू नहीं लोड़, बकवास ना करो तू। की बकवास ना कर, लै जा फिर आपदी नूं, असां उद्दी गया थी भैने, उदे मैं गलती कर गया जिहड़ा तेनू इन्हां जानम लोकां च छड्ड गया। तू ऐ कर चक बैग, आपां हुणे चलदे आ इत्थों। बस कर वीरे हुण, माणे मैनूं सिखाया सी वी कुड़ी दी डोली पेके घर उठदी है ते अर्थी सहुरे करो, बाकी सारे फर्ज तां मैं निभा ले, हुण तां बस मेरी अर्थी उठणे हो रहिंदी आ। भैने इह गल्लां पुराणियां हो गईआं, ये गल्लां भी उदों लागू हुंदियां सीगियां जदों बंदिआं नूं बंदे दी कदर सी। ओ हुण तां 21वीं सदी है ते इह लोक उस सदी विच जी रहे ने, ओ जिथे पहलां औरत नूं पैर दी जुत्ती समझिआ जांदा सी, समझिआ जांदा सी जुत्ती। बस करो वीरे, स्पीच तां तैनूं भी बहुत सोहणी देती सी पर जदों गल भैणां ते आउंदी है ना तां तेरे वर्गे भरा आ संस्कारां दा पाठ पढ़ा के कह दिंदे ने, भैणे जो भी हो जाए हुण तां तेरा घर इही आ, इनू जोड़ के रख, ये घर जोड़न पिछे ना चाहे उन्होंने किन्ने मर्जी तसीहे सहने पै जाण पर ना ये घर नू जोड़ो। वीरे बस हो गया मेरी, घर जोड़ जोड़ के मेथों ही चले जाते इन्हों तसीहे ना, क्यों कुड़िया की ड्यूटी लगी होंगी है इन्हों वर्गे नशेड़िया सुधारना। मम्मी जी तुसी कहा सी ना भी मैं तो विआह ता ही करिया भी नशे करदा सी भी तू आके इन्हू सुधार देंगी। नहीं आहो जे मेरा मुंडा माड़ा मोटा कुछ खा पी लेंदा है ता की आखर आ गई। बस करो बस करो, तुहानू हले भी शर्म नहीं हैगी, तू औरत हो गई, औरत दे दुश्मन बनी बैठी आ। नहीं जिस दिन दी मैं घर च व्याह के आई ना कदे तू मैनू आपदी नूं नहीं समझिया, ते एक घर वाला इहने मैनू आपदी घर वाली होण दा कदे प्यार ही नहीं दित्ता, जदों भी इहने मैनू हत्थ लाया ना मैनू नोचिया ही आ। ना इक नशेड़ी दी घर वाली तों पुछ के देखो ਵੀ ਉਹਨੂੰ ਉਹਦੇ ਘਰ ਵਾਲੇ ਤੋਂ ਪਿਆਰ ਮਿਲਦਾ ਜਾਂ ਫਿਰ ਉਹਦੀ ਹਫਤ ਦਾ ਸ਼ਿਕਾਰ ਹੁੰਦੀ ਆ ਉਹ। ਬਸ ਭੈਣੇ
ਬਹੁਤ ਸੁਣ ਲਿਆ ਮੈਂ ਮੇਰਾ ਵੀ ਕਦੋਂ ਫਰਜ਼ ਰਹਿੰਦੇ ਨੇ ਓਏ ਇਹਨਾਂ ਨੇ ਕਿਹੜੀ ਫਰਜ਼ਾਂ ਦੀ ਕਿਤਾਬ ਖੋਲੀ ਹੈ ਡੰਡੀ ਫੜੋ ਇੱਥੋਂ ਵੇ ਤੇਰੀ ਇੰਨੀ ਹਿੰਮਤ ਤੂੰ ਮੇਰੇ ਘਰ ਤੇਰੇ ਉੱਪਰ ਤਾਲ ਆਇਆ ਇੱਕ ਮਾਂ ਦਾ ਫਰਜ਼ ਭੰਨਣ ਵਾਸਤੇ ਤੇ ਤੇਰੇ ਤਾਲ ਆਇਆ ਇੱਕ ਪਤੀ ਦਾ ਫਰਜ਼ ਭੰਨਣ ਵਾਸਤੇ ਤੁਸੀਂ ਸਮਝ ਕੇ ਰੱਖਿਆ ਹੋਵੇ ਕੋਰਟ ਜਾਣਾ ਕੋਰਟ ਜਾਣਾ ਕੋਰਟ ਤਾਂ ਅਸੀਂ ਜਾਵਾਂਗੇ ਉਹ ਵੀ ਵੂਮੈਨ ਸੈੱਲ ਜਿੱਥੇ ਮੇਰੀ ਭੈਣ ਦੀ ਸੁਣਵਾਈ ਹੋਊ ਤੇ ਸੋਨੂੰ ਸਜ਼ਾ ਚੱਲ ਭੈਣ ਆਪਾਂ ਨਾ ਦਿਨਿੰਦਿਆਂ ਦੇ ਨਹੀਂ ਰਹਿਣਾ ਚਲੋ ਵੀਰੇ ਬਹੁਤ ਜ਼ੁਲਮ ਸਹਿਲਾ ਤੈਂ ਜ਼ਰੂਰੀ ਨਹੀਂ ਹੈਗਾ ਜਿੱਥੇ ਰਿਸ਼ਤਿਆਂ ਦੀ ਕਦਰ ਨਾ ਹੋਵੇ ਵੀ ਉਹਨਾਂ ਨੂੰ ਨਿਭਾਈ ਜਾਵੇ ਹਜੇ ਵੀ ਇਹੋ ਜਿਹੇ ਬੜੇ ਰਿਸ਼ਤੇ ਨੇ ਦੁਨੀਆਂ 'ਤੇ ਜਿਹੜੇ ਟੁੱਟਣ ਦੀ ਕਗਾਰ 'ਤੇ ਨੇ ਪਰ ਫਿਰ ਵੀ ਲੋਕ ਨਿਭਾ ਰਹੇ ਨੇ ਲੋਕਾਂ ਦੇ ਡਰ ਤੋਂ ਉੱਠੋ ਜਾਗੋ ਅਤੇ ਆਪਣੀ ਪਛਾਣ ਕਰੋ ਆਪਣੀ ਜ਼ਿੰਦਗੀ ਦੇ ਵਿੱਚੋਂ ਬਨਾਵਟੀ ਰਿਸ਼ਤੇ ਖਤਮ ਕਰੋ